ਗੁਰੂ ਘਰ ਨੂੰ ਵੀ ਹੁਣ ਚੋਰਾਂ ਦੇ ਵੱਲੋਂ ਨਹੀਂ ਬਖਸ਼ਿਆ ਜਾ ਰਿਹਾ। ਦੱਸ ਦਈਏ ਕਿ ਇਸ ਗੁਰੂ ਘਰ ਦੇ ਵਿੱਚ ਚੋਰੀ ਹੋਈ ਹੈ ਅਤੇ ਚੋਰ ਇੰਨਾ ਸ਼ਾਤਰ ਸੀ ਕਿ ਉਸ ਦੀਆਂ ਹਰਕਤਾਂ ਦੇਖ ਤੁਸੀਂ ਵੀ ਹੈਰਾਨ ਹੋ ਜਾਵੋਗੇ। ਜੀ ਹਾਂ, ਦੱਸ ਦਈਏ ਕਿ ਇੱਕ ਗੁਰੂ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਵਾਪਰੀ ਹੈ। ਰਾਤੋ ਰਾਤ ਗੋਲਕ ਤੋੜ ਕੇ ਕਰੀਬ 50,000 ਰੁਪਏ ਚੋਰੀ ਕਰਕੇ ਚੋਰ ਫਰਾਰ ਹੋ ਗਿਆ ਅਤੇ ਘਟਨਾ CCTV ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੁਰੂ ਘਰ ਦੇ ਅੰਦਰ ਇੱਕ ਸ਼ਖਸ ਘੁੰਮਦਾ ਦਿਖਾਈ ਦੇ ਰਿਹਾ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਰਾਤ ਦੇ 1:30 ਹੋਏ ਸੀ ਜਦੋਂ ਇਹ ਸ਼ਖਸ ਗੁਰੂ ਘਰ ਦਾ ਜੋ ਮੇਨ ਦਰਵਾਜ਼ਾ ਉਸਨੂੰ ਤੋੜ ਕੇ ਅੰਦਰ ਦਾਖਲ ਹੁੰਦਾ ਹੈ ਅਤੇ ਦਾਖਲ ਹੁੰਦੇ ਸਾਰ ਪਹਿਲਾਂ ਤਾਂ ਇਸ ਦੇ ਵੱਲੋਂ ਜੋ ਗੁਰੂ ਘਰ ਦੇ ਅੰਦਰ ਲਾਈਟਾਂ ਜਗ ਰਹੀਆਂ ਹੁੰਦੀਆਂ ਉਸ ਨੂੰ ਬੁਝਾਇਆ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਗੋਲਕ ਤੋੜੀ ਜਾਂਦੀ ਹੈ। ਹਾਲਾਂਕਿ ਇਸਨੇ ਆਪਣੇ ਭੱਜਣ ਦੇ ਲਈ ਪਹਿਲਾਂ ਇੱਕ ਦਰਵਾਜ਼ਾ ਵੀ ਖੋਲ੍ਹਿਆ ਕਿ ਜੇਕਰ ਕੋਈ ਆਉਂਦਾ ਹੈ ਤਾਂ ਉਹ ਤੁਰੰਤ ਇੱਥੋਂ ਫਰਾਰ ਵੀ ਹੋ ਸਕੇ ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਗੋਲਕ ਨੂੰ ਤੋੜਦਾ ਹੈ ਅਤੇ ਕਿਹਾ ਜਾ ਰਿਹਾ ਕਿ ਵਿੱਚ ਪਏ 50,000 ਰੁਪਏ ਲੈ ਕੇ ਉਹ ਮੌਕੇ ਤੋਂ ਫਰਾਰ ਹੋ ਗਿਆ। ਤਾਂ ਘਟਨਾ ਤਰਨ ਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਗੁਰੂ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਵਾਪਰੀ ਹੈ। ਹਾਲਾਂਕਿ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਇਲਾਕੇ ਦੇ ਵਿੱਚ ਪਹਿਲੀ ਵਾਰਦਾਤ ਨਹੀਂ ਹੈ। ਉਹਨਾਂ ਦੇ ਇਲਾਕੇ 'ਚ ਜਿੰਨੇ ਵੀ ਗੁਰੂ ਘਰ ਨੇ ਉਸ ਦੇ ਵਿੱਚ ਆਏ ਦਿਨ ਚੋਰੀਆਂ ਹੋ ਰਹੀਆਂ ਨੇ, ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਦੇ ਕਾਰਨ ਅੱਜ ਇੱਕ ਵਾਰ ਫਿਰ ਤੋਂ ਇਸ ਗੁਰੂ ਘਰ ਦੇ ਵਿੱਚ ਚੋਰੀ ਹੋਈ ਹੈ ਅਤੇ ਚੋਰ ਨੇ ਜਿੱਥੇ ਗੁਰੂ ਘਰ ਦੀ ਗੋਲਕ ਤੋੜੀ ਉੱਥੇ ਹੀ ਦਰਵਾਜ਼ੇ ਤੋੜ ਕੇ ਵੀ ਉਹ ਫਰਾਰ ਹੋ ਗਿਆ। ਤਾਂ ਤਰਨ ਤਾਰਨ ਤੋਂ ਇਹ ਮਾਮਲਾ ਸਾਹਮਣੇ ਆਇਆ। ਇਹ ਦੋ ਪਤੀਆਂ ਦਾ ਸਾਂਝਾ ਗੁਰਦੁਆਰਾ ਗੰਗਵਾਲਾ ਦੇ ਨਾਂ 'ਤੇ ਚੱਲਦਾ ਜੀ। ਇੱਥੇ ਰਾਤ ਕੋਈ 1:00 ਅਤੇ 38:40 'ਤੇ ਅੰਦਰ ਦਾਖਲ ਹੁੰਦਾ। ਪਹਿਲਾਂ ਬਾਹਰਲਾ ਲੋਕ ਤੋੜਿਆ ਗਿਆ ਮੇਨ, ਫਿਰ ਅੰਦਰੋਂ ਗੋਲਕ ਤੋੜੀ ਗਈ ਆ ਅਤੇ ਉਹਦੇ ਵਿੱਚੋਂ ਜਿਹੜਾ ਸੀ ਕੋਈ 50-60,000 ਰੁਪਈਆ ਜਿਹੜਾ ਉਹ ਲੈ ਗਿਆ। 1 ਘੰਟਾ ਪੂਰਾ ਅੰਦਰੋਂ ਜਿਹੜਾ ਵਾ ਉੱਤੇ ਆਪਦੀ ਜਿਹੜੀ ਉਹ ਕਾਰਵਾਈ ਕਰਦਾ ਰਿਹਾ। ਅੱਗੇ ਵੀ ਤੁਹਾਡੇ ਇੱਥੇ ਗੁਰਦੁਆਰਾ ਸਾਹਿਬ ਚੋਰੀ ਹੋਈ ਹੈ, ਹੋਰ ਵੀ ਚੋਰੀਆਂ ਕੀ ਕਹਿਣਾ ਚਾਹੁੰਦੇ ਤੁਸੀਂ? ਇਹ ਤਾਂ ਜੀ ਇਨਸਾਫ ਮਿਲਣਾ ਚਾਹੀਦਾ ਸਾਰੇ ਥਾਂ, ਜੋ ਕੁਛ ਗੁਰੂ ਘਰ 'ਚ ਇਹ ਕੁਛ ਹੋ ਰਿਹਾ ਅਤੇ ਫਿਰ ਸਾਡੇ ਆਮ ਇਨਸਾਨ ਦਾ ਕੀ ਬਣੂਗਾ? ਕੀ ਤੁਸੀਂ ਮੰਨਦੇ ਕਿ ਨਸ਼ਿਆਂ ਨੁਸ਼ਿਆਂ ਦਾ ਜਾਂਦੇ ਲੋਕ ਅੱਗੇ ਗੁਰੂ ਘਰ ਤੋਂ ਡਰਦੇ ਹੁੰਦੇ ਸੀ? ਨਹੀਂ, ਜ਼ਿਆਦਾ ਤਾਂ ਨਸ਼ਾ ਕਾਰਨ ਹੀ, ਉਹਨਾਂ ਦਾ ਨਸ਼ਾ ਪੂਰਾ ਨਹੀਂ ਹੋ ਰਿਹਾ ਅਤੇ ਉਹਦੇ ਕਾਰਨ ਫਿਰ ਇਹਨਾਂ ਜਿਹੜਾ ਗੁਰੂ ਘਰ ਨੂੰ ਜਿਹੜਾ ਉਹ ਮੇਨ ਬਣਾ ਲਿਆ ਰੱਖਿਆ ਵਾ। ਅਤੇ ਬਾਕੀ ਜਿਹੜੀ ਸਾਂਝੀ ਸਾਡੀ ਸੰਸਥਾ ਵਾ ਇਹਦੇ ਵਿੱਚ ਜਿਹੜਾ ਵਾ ਅਸੀਂ ਵੀ ਥੋੜ੍ਹਾ ਜਿਹਾ ਪੈਰ ਇੱਕ ਦੂਜੇ ਵੇਖ ਕੇ ਪਛਾਣ ਰੱਖਦੇ ਹਾਂ, ਸਾਨੂੰ ਇਕੱਠਿਆਂ ਹੋ ਗਏ ਅਤੇ ਇਹਦਾ ਜਿਹੜਾ ਵਾ ਅੱਗੇ ਤੋਂ ਮਤਲਬ ਹੱਲ ਜਿਹੜਾ ਉਹ ਕੱਢਣਾ ਚਾਹੀਦਾ ਅਤੇ ਨਾਲ ਪ੍ਰਸ਼ਾਸਨ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਵੀ ਉਹ ਵੀ ਇਹਦੇ ਬਾਰੇ ਨਾਲ ਸਾਥ ਦੇਣ। ਪਿੰਡ 'ਚ ਪਹਿਲੇ ਵੀ ਚੋਰੀਆਂ ਹੋਣਡੀਆਂ? ਬਹੁਤ ਜੀ ਬਹੁਤ, ਕੋਈ ਗੁਰਦੁਆਰਾ ਰਿਹਾ ਹੀ ਨਹੀਂ ਇੱਥੇ ਜੀ ਜਿਹਦੇ 'ਚ ਨਾ ਹੋਈ ਹੋਵੇ। ਸਾਡਾ ਇਤਿਹਾਸਿਕ ਗੁਰਦੁਆਰਾ, ਗੁਰਦੁਆਰਾ ਗੰਗਵਾਲਾ ਸਾਹਿਬ, ਇੱਥੇ ਰਾਤ ਨੂੰ ਬੰਦਾ ਇੱਕ ਦਾਖਲ ਹੋ ਗਿਆ, ਗੋਲਕ ਭੰਨੀ ਆ ਜੀ ਉਹਨੇ, ਸਮਥਿੰਗ 50,000 ਦੇ ਕਰੀਬ ਰੁਪਈਆ ਸੀ ਵਿੱਚ ਗੋਲਕ ਦੇ, ਉਹ ਕੱਢ ਕੇ ਲੈ ਗਏ। ਕੋਈ CCTV 'ਚ ਆਈ ਸਾਰੀ? ਹਾਂਜੀ, CCTV 'ਚ ਸਾਰੀ ਰਿਕਾਰਡਿੰਗ ਹੋਈ ਆ। ਕਿੰਨੇ ਵਜੇ ਦੀ ਘਟਨਾ ਲੱਗਦੀ ਹੈ? ਇਹ ਰਾਤ 1:58 'ਤੇ ਦਾਖਲ ਹੁੰਦਾ ਜੀ ਅਤੇ 2:42 'ਤੇ ਇੱਥੋਂ ਨਿਕਲਦਾ ਜੀ। ਅਤੇ ਕਿੰਨੀ ਕੁ ਦੇਰ ਪਹਿਲਾਂ ਅਸੀਂ ਗੋਲਕ ਗਿਣੀ ਸੀ, ਕਿੰਨੇ ਕੁ ਪੈਸੇ ਹੋ ਸਕਦੇ ਅੰਦਾਜ਼ਾ? ਅੰਦਾਜ਼ਾ 50,000 ਦੇ ਕਰੀਬ ਹੋਈ। ਕੋਈ ਗੁਰਦੁਆਰੇ 'ਚ ਕੋਈ ਗ੍ਰੰਥੀ ਸਿੰਘ ਵਗੈਰਾ ਕੁਝ? ਗ੍ਰੰਥੀ ਸਿੰਘ ਰਹਿੰਦਾ ਜੀ, ਉਹਦੀ ਰਾਤ ਨੂੰ ਡਿਊਟੀ ਕਰਕੇ ਆਇਆ, ਇਹ ਥੱਕਾ ਸੁੱਤਾ ਹੈ। ਹਾਂਜੀ।